ਇਹ ਹਿੰਦੁਸਤਾਨ ਜਦ ਹਿੰਦੁੱਤਵਾ ਦਾ ਰਾਜ ਆਇਆ, ਉਦੋਂ ਬਾਅਦ ਡਿੱਗਦਾ ਡਿੱਗਦਾ ਇੱਥੋਂ ਤੱਕ ਪਹੁੰਚ ਗਿਆ। ਅੰਗਰੇਜ਼ਾਂ ਦੇ ਰਾਜ ਦੇ ਵਿੱਚ ਚਰਿੱਤਰ ਬੜਾ ਉੱਚਾ ਸੀ ਅਤੇ ਹਿੰਦੂ ਦਾ ਰਾਜ ਹੋਏ, ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕਿੰਨਾ ਆਪਾਂ ਡਿੱਗ ਪਏ। ਹਾਲਾਂਕਿ ਤੁਹਾਡੇ 'ਤੇ ਖਾਲਿਸਤਾਨ ਦਾ ਟੈਗ ਵੀ ਲੱਗਿਆ, ਫਿਰ ਉਹ ਹਿੰਦੂ ਵੋਟਰ ਜਿਹੜਾ ਨਾਲ ਤੁਹਾਡੇ ਤੁਰਿਆ, ਕੀ ਸਮਝ ਨੂੰ ਲੈ ਕੇ ਆਪਾਂ ਚੱਲੀਏ? ਸ਼ੇਰ ਮੁਹੰਮਦ ਖਾਨ ਜਿਨ੍ਹਾਂ ਨੇ ਸਿੱਖਾਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ, ਉਹਨਾਂ ਲਈ ਕਦੇ ਕਿਸੇ ਨੇ ਨਹੀਂ ਕੁਛ ਕੀਤਾ। ਹੁਣ ਸਾਡੀ ਪਾਰਟੀ ਉਹਨਾਂ ਦੇ ਲਈ ਇੱਕ ਬਹੁਤ ਸੋਹਣੀ ਇਮਾਰਤ ਬਣਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਲਜ਼ਾਮ ਲਾਇਆ ਕਿ ਸਾਨੂੰ ਲਾਲਚ ਦਿੱਤਾ ਜਾ ਰਿਹਾ, ਬੀਜੇਪੀ ਵੱਲੋਂ ਉੱਧਰ ਲਾਲਚ ਦੇ ਕੇ ਰਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲਗਾਤਾਰ ਸਵਾਲ ਉੱਠ ਰਹੇ। ਮੈਨੂੰ ਨਹੀਂ ਪਤਾ, ਕਿਉਂ ਕਰਕੇ ਮੈਨੂੰ ਅਜੇ ਤੱਕ ਲਾਲਚ ਨਹੀਂ ਦਿੰਦਾ ਕੋਈ ਵੀ, ਅਤੇ ਨਾ ਮੈਨੂੰ ਕੋਈ ਕਹਿੰਦਾ ਕਿ ਤੂੰ ਸਾਡੇ ਨਾਲ ਲਾਲਚ ਦਾ। ਜਿਵੇਂ ਮੋਦੀ ਕਰਦਾ, ਜਿਵੇਂ ਹੁਣ ਪਹਿਲਾਂ ਕਾਂਗਰਸ ਨੇ ਕੀਤਾ, ਇਸ ਤਰ੍ਹਾਂ ਦਾ ਮਾਹੌਲ ਅਸੀਂ ਨਹੀਂ ਕਰਾਂਗੇ ਕਦੇ ਵੀ। ਬਾਅਦ ਤੁਸੀਂ ਲੋਕਾਂ 'ਚ ਵਿਚਰੇ ਵੀ ਹੋ, ਪਹਿਲਾਂ ਵੀ ਇਹ ਹਲਕੇ ਦੇ ਵਿੱਚ ਤੁਸੀਂ ਲਗਾਤਾਰ ਕੰਮ ਕੀਤਾ, ਤਾਂ ਇਸ ਵਾਰ ਉੱਥੋਂ ਦੇ ਸਮੀਕਰਨ ਕਿਵੇਂ ਦੇਖਦੇ ਹੋ? ਇਹ ਤਾਂ ਤੁਸੀਂ ਕੱਢੋਗੇ ਨਾ ਜਾ ਕੇ। ਹੁਣ ਮੈਨੂੰ ਤਾਂ, ਮੈਂ ਤਾਂ ਸਾਰੇ ਪਿੰਡਾਂ 'ਚ ਜਾਂਦਾ ਹੈਗਾ, ਸਾਰੇ ਪਿੰਡਾਂ ਦੇ ਵਿੱਚ ਆਪਣੀ ਏਡ ਪਹੁੰਚਾਤੀ ਹੈ। ਕੈਂਸਰ ਦੇ ਜਿੰਨੇ ਵੀ ਪੇਸ਼ੈਂਟ ਸੀਗੇ ਉਹਨਾਂ ਨੂੰ 3.5-3 ਲੱਖ ਰੁਪਈਆ ਦੇ ਦਿੱਤਾ ਹੈਗਾ। ਨਵਾਂ ਇੱਕ ਇਨਫੈਕਸ਼ਨ ਦਾ ਹੋਸਪਿਟਲ ਬਰਨਾਲੇ ਲੈ ਕੇ ਆਏ ਹਾਂ, ਜਿਹੜਾ 56 ਕਰੋੜ ਰੁਪਈਆ ਉਹਦੇ 'ਤੇ ਖਰਚ ਹੋਊਗਾ। ਫਿਰ 350 ਕਰੋੜ ਰੁਪਏ ਸਾਰੀ ਬਿਜਲੀ ਦੇ ਖੰਭੇ ਤਾਰਾਂ ਤਬਦੀਲ ਹੋ ਜਾਣੀਆਂ, ਕੋਈ ਫਲਕਚੁਏਸ਼ਨ ਨਹੀਂ ਹੋਊ, ਕਿਸੇ ਦੇ ਘਰ ਦੇ ਉੱਤੋਂ ਨਹੀਂ ਜਾਊਗੀ। ਸਾਰੀਆਂ ਪਿੰਡਾਂ ਦੀਆਂ ਸੜਕਾਂ ਬਣਵਾ ਦਿੱਤੀਆਂ ਹੈਗੀਆਂ। ਸੋ ਜਿਹੜੇ ਕੰਮ ਸੀਗੇ ਉਹ ਸਾਰੇ ਕਰਾ ਦਿੱਤੇ ਹੈ, ਨਵੀਆਂ ਸੜਕਾਂ ਬਣਾ ਦਿੱਤੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ। ਮੇਰੇ ਵੱਲੋਂ ਕੋਈ ਕਸਰ ਨਹੀਂ ਰਹੀ ਕਿ ਮੈਂ ਕੰਮ ਨਹੀਂ ਕੀਤਾ, ਦੱਬ ਕੇ ਕੰਮ ਕੀਤਾ। ਇਸ ਕਰਕੇ ਉੱਥੇ ਕੋਈ ਵੀ ਕੈਂਡੀਡੇਟ ਆਉਣ ਨੂੰ ਤਿਆਰ ਨਹੀਂ ਹੈ। ਮਨ ਸਾਹਿਬ, ਪੰਜਾਬ ਤੋਂ ਬਾਹਰ ਵੀ ਤੁਸੀਂ ਚੋਣ ਲੜਨ ਦੀ ਤਿਆਰੀ ਕੀਤੀ ਹੈ, ਹੋਰ ਸੂਬਿਆਂ ਦੇ ਵਿੱਚ ਵੀ ਜਾਣ ਦੀ ਤਿਆਰੀ ਹੈ? ਹਾਂਜੀ ਬਿਲਕੁਲ, ਇਹ ਹਰਿਆਣੇ ਦੇ ਵਿੱਚ ਕਰਨਾਲ ਤੋਂ ਸਾਡੇ ਵਿਰਕ ਸਾਹਿਬ ਖੜ੍ਹੇ ਹੋ ਗਏ ਹੈ, ਅਤੇ ਇੱਥੇ ਕੁਰੂਕਸ਼ੇਤਰ ਤੋਂ ਵੀ ਸਾਡੇ ਕੈਂਡੀਡੇਟ ਸਾਹਿਬ ਖੜ੍ਹੇ ਹੋ ਗਏ ਹੈ, ਅਤੇ ਸ਼ਾਇਦ ਕਸ਼ਮੀਰ ਤੋਂ ਵੀ ਖੜ੍ਹਾ ਹੋਵੇ। ਉੱਥੇ ਵੀ ਸਾਡੀ ਬਹੁਤ ਮੰਗ ਹੈ, ਕਿਉਂ ਕਰਕੇ ਮੈਨੂੰ ਜਾਣ ਨਹੀਂ ਦਿੱਤਾ ਕਸ਼ਮੀਰ ਦੇ ਵਿੱਚ ਮੋਦੀ ਹਕੂਮਤ ਨੇ, ਤੋ ਉੱਥੇ ਵੀ ਸਾਡੀ ਬਹੁਤ ਵੱਡੀ ਗੱਲ ਹੋ ਰਹੀ ਹੈ। ਅੱਛਾ, ਕਸ਼ਮੀਰ ਨੂੰ ਚੁਣਨ ਦੇ ਪਿੱਛੇ ਮਾਨ ਸਾਹਿਬ ਕਿਵੇਂ ਦੇਖੀਏ ਕਿ ਪੰਜਾਬ ਹਰਿਆਣੇ ਤੋਂ ਬਾਅਦ ਤੁਸੀਂ ਕਸ਼ਮੀਰ ਨੂੰ ਚੁਣਿਆ ਕਿ ਇੱਥੇ ਸਾਡਾ ਉਮੀਦਵਾਰ ਜ਼ਰੂਰ ਹੋਣਾ ਚਾਹੀਦਾ? ਜ਼ੁਲਮ ਹੋ ਰਿਹਾ ਜੀ, ਜ਼ੁਲਮ ਹੋ ਰਿਹਾ, ਜ਼ੁਲਮ ਦੇ ਖਿਲਾਫ਼ ਅਸੀਂ ਹੈਗੇ ਹੈ, ਅਤੇ ਕਸ਼ਮੀਰ ਦੇ ਵਿੱਚ ਸਿੱਖ ਹੈਗੇ ਹੈ। ਸਿੱਖਾਂ ਨੇ ਅਫਗਾਨਿਸਤਾਨ ਤੋਂ ਇਹ ਸੂਬਾ 1819 ਦੇ ਵਿੱਚ ਫਤਿਹ ਕੀਤਾ ਸੀ, ਅਤੇ ਅੱਜ ਸਿੱਖਾਂ ਦੇ ਲਈ ਮੋਦੀ ਸਾਹਿਬ ਦੀ ਸਰਕਾਰ ਨੇ ਪੰਜਾਬੀ ਉੱਥੇ ਲੱਗਣ ਨਹੀਂ ਦਿੱਤੀ, ਜਦਕਿ ਪਹਿਲਾਂ ਪੰਜਾਬੀ ਬੋਲੀ ਉੱਥੇ ਲੱਗਦੀ ਹੁੰਦੀ ਸੀਗੀ। ਮਨ ਸਾਹਿਬ, ਕਿਵੇਂ ਦੇਖੀਏ ਪੋਲੀਟੀਕਲੀ, ਅਗਰ ਅਸੀਂ ਲੋਕਾਂ 'ਤੇ ਝਾਤ ਮਾਰ ਲਈਏ, ਤਾਂ ਇਸ ਵਾਰ ਪਾਰਟੀਆਂ ਬਦਲਣ ਦਾ ਦੌਰ, ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦੇ ਮੌਜੂਦਾ MP ਦੀ ਗੱਲ ਕਰ ਲਓ, ਜਲੰਧਰ ਤੋਂ ਉਹ ਕਾਂਗਰਸ ਤੋਂ ਆਏ ਸੀ, ਹੁਣ ਉਹ BJP ਚਲੇ ਗਏ, ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ BJP ਚਲੇ ਗਏ, ਕਾਂਗਰਸੀ ਉੱਧਰ ਜਾ ਰਹੇ, ਉਹ ਉੱਧਰੋਂ ਇੱਧਰ ਆ ਰਹੇ ਆ, ਰਵਨੀਤ ਬਿੱਟੂ BJP ਦੇ ਵਿੱਚ ਚਲੇ ਜਾਂਦੇ ਨੇ, ਔਰ ਰਵਨੀਤ ਬਿੱਟੂ ਨੂੰ ਲੈ ਕੇ ਸ਼ਾਇਦ ਕਾਫੀ ਲੋਕ ਹੈਰਾਨ ਵੀ ਹੋਏ ਹੋਣਗੇ,
ਕੀ ਸਮਝਦੇ ਹੋ ਇਸ ਸਭ ਦੇ ਪਿੱਛੇ, ਕਿਸ ਤਰ੍ਹਾਂ ਦੀ ਸਿਆਸਤ ਆ ਗਈ ਹੈ? ਇਹ ਤਾਂ ਜੀ ਜਿਹਦਾ ਮਨ ਹੈਗਾ, ਜਿਹਦੇ ਮਨ ਦੇ ਵਿੱਚ ਹੈ ਕਿ ਮੇਰੇ ਨਾਲ ਜਾਸਤੀ ਹੋ ਰਹੀ ਹੈ, ਜਿਹਦੇ ਮਨ ਦੇ ਵਿੱਚ ਹੈਗਾ ਜੇ ਜਾਸਤੀ ਹੋ ਰਹੀ ਹੈ ਮੈਂ RSS ਦੇ ਵਿੱਚ ਜਾ ਕੇ ਬਚ ਸਕਦਾ ਹੈ, ਤਾਂ ਉਹ ਜੇ ਲੋਕ ਉਧਰਲੇ ਪਾਸੇ ਨੂੰ ਪਲਾਂਗ ਪੱਟ ਰਹੇ ਹੈ। ਇਹ ਵੀ ਇਲਜ਼ਾਮ ਲਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਲਜ਼ਾਮ ਲਾਇਆ ਕਿ ਸਾਨੂੰ ਲਾਲਚ ਦਿੱਤਾ ਜਾ ਰਿਹਾ ਬੀਜੇਪੀ ਵੱਲੋਂ, ਉਧਰ ਲਾਲਚ ਦੇ ਕੇ ਰਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲਗਾਤਾਰ ਸਵਾਲ ਉੱਠ ਰਹੇ ਨੇ। ਹਾਂ ਇਹ ਤਾਂ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਅਤੇ ਮੈਨੂੰ ਨਹੀਂ ਪਤਾ, ਕਿਉਂ ਕਰਕੇ ਮੈਨੂੰ ਅਜੇ ਤੱਕ ਲਾਲਚ ਨਹੀਂ ਦਿੰਦਾ ਕੋਈ ਵੀ, ਅਤੇ ਨਾ ਮੈਨੂੰ ਕੋਈ ਕਹਿੰਦਾ ਕਿ ਤੂੰ ਸਾਡੇ ਨਾਲ ਰਲ ਜਾ ਬੀਜੇਪੀ 'ਚ। ਸੋ ਮਾਨ ਸਾਹਿਬ ਚਲੋ ਤੁਸੀਂ ਕਹਿੰਦੇ ਕਿ ਤੁਹਾਨੂੰ ਸੰਪਰਕ ਨਹੀਂ ਕੀਤਾ, ਵੈਸੇ ਕਿਉਂ ਐਸਾ, ਜੇ ਸਵਾਲ ਵੀ ਉੱਠਦੇ ਨੇ ਤਾਂ ਜਿਹੜਾ ਲੀਡਰ ਪਹਿਲਾਂ ਉਸੇ ਪਾਸੇ ਬੈਠਾ ਹੁੰਦਾ ਉਹ ਤਿੱਕਰ ਸਭ ਠੀਕ ਠਾਕ ਚੱਲ ਰਿਹਾ ਹੁੰਦਾ, ਜਦੋਂ ਦੂਜੇ ਪਾਸੇ ਜਾ ਕੇ ਛਾਲ ਵੱਜਦੀ ਆ ਉਦੋਂ ਉੱਧਰਲੇ ਪਾਸੇ ਇਸ ਤਰ੍ਹਾਂ ਦੇ ਸਵਾਲ ਉੱਠ ਕੱਢਦੇ। ਚਰਿੱਤਰ ਹੈ ਨਾ ਜੀ, ਗਿਰ ਗਿਆ ਇਹ ਹਿੰਦੁਸਤਾਨ, ਜਦ ਦਾ ਹਿੰਦੁੱਤਵ ਦਾ ਰਾਜ ਆਇਆ ਉਦੋਂ ਬਾਅਦ ਡਿੱਗਦਾ ਡਿੱਗਦਾ ਇੱਥੋਂ ਤੱਕ ਪਹੁੰਚ ਗਿਆ। ਅੰਗਰੇਜ਼ਾਂ ਦੇ ਰਾਜ ਦੇ ਵਿੱਚ ਚਰਿੱਤਰ ਬੜਾ ਉੱਚਾ ਸੀ ਅਤੇ ਵਧੀਆ ਸੀਗਾ, ਹੁਣ ਜੇ ਗੰਗਾ ਦੇ ਵਿੱਚ ਹੀ ਸਾਰਾ ਗੰਦ ਸਿੱਟਣਾ ਅਤੇ ਹਿੰਦੂ ਦਾ ਰਾਜ ਹੋਏ, ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕਿੰਨਾ ਆਪਾਂ ਡਿੱਗ ਪਏ ਹਾਂ। ਮਤਲਬ ਇੱਕ ਚੀਜ਼ ਸਮਝਣੀ ਚਾਹੂੰਗਾ ਕਿ ਜਦੋਂ ਤੁਸੀਂ ਸੰਗਰੂਰ ਜ਼ਿਮਨੀ ਚੋਣ ਜਿੱਤੀ ਤਾਂ ਉਸ ਵੇਲੇ ਇਹ ਚੀਜ਼ਾਂ ਸਾਹਮਣੇ ਆਈਆਂ ਕਿ ਸ਼ਹਿਰੀ ਵੋਟਰ ਵੀ ਕਿਤੇ ਨਾ ਕਿਤੇ ਤੁਹਾਡੇ ਨਾਲ ਚੱਲਦਾ ਨਜ਼ਰ ਆਇਆ, ਜਦਕਿ ਪਹਿਲਾਂ ਕਿਤੇ ਨਾ ਕਿਤੇ ਤੁਹਾਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਜਾਂ ਪ੍ਰਚਾਰ ਵੀ ਹੋਇਆ, ਇਸ ਵਾਰ ਕਿਵੇਂ ਦੇਖਦੇ ਹੋ ਕਿ ਜੇ ਉਹ ਵੋਟਰ ਤੁਹਾਡੇ ਨਾਲ ਤੁਰਿਆ ਉਹਦੇ ਪਿੱਛੇ ਕੀ ਕਾਰਨ ਰਹੇ, ਹਾਲਾਂਕਿ ਤੁਹਾਡੇ ਤੇ ਖਾਲਿਸਤਾਨ ਦਾ ਟੈਗ ਵੀ ਲੱਗਿਆ, ਫਿਰ ਉਹ ਹਿੰਦੂ ਵੋਟਰ ਜਿਹੜਾ ਨਾਲ ਤੁਹਾਡੇ ਤੁਰਿਆ ਕੀ ਸਮਝ ਨੂੰ ਲੈ ਕੇ ਆਪਾਂ ਚੱਲੀਏ, ਜਾਂ ਉਹ ਹਿੰਦੂ ਵੋਟਰ ਨੂੰ ਕਿਵੇਂ ਤੁਸੀਂ, ਤੁਹਾਨੂੰ ਲੱਗਦਾ ਹੈ ਕਿ ਇੱਕ ਇਮਾਨਦਾਰੀ ਚਾਹੁੰਦਾ ਹੈ, ਇੱਕ ਅਮਨ ਚਾਹੁੰਦਾ ਹੈ, ਇੱਕ ਉਹਨਾਂ ਦੀ ਗੱਲ ਸੁਣਨ ਵਾਲਾ ਬੰਦਾ ਹੁੰਦਾ ਹੋਣਾ ਚਾਹੀਦਾ, ਉਹ ਤਿੰਨੇ ਚੀਜ਼ਾਂ ਮੇਰੇ 'ਚ ਹੈਗੀਆਂ, ਤਾਂ ਇਨਸਾਫ਼ ਦੇ ਨਾਲ ਉਹਨਾਂ ਨੂੰ ਵੀ ਉਨੀ ਏਡ ਦਿੱਤੀ ਹੈ ਜਿੰਨੀ ਬਾਕੀਆਂ ਨੂੰ ਦਿੱਤੀ ਹੈਗੀ ਹੈ, ਕੋਈ ਫਰਕ ਨਹੀਂ ਰੱਖਿਆ ਹਿੰਦੂ ਸਿੱਖ ਮੁਸਲਮਾਨ 'ਚ, ਮੁਸਲਮਾਨਾਂ ਨੂੰ ਵੀ ਬਹੁਤ ਦੇਤਾ, ਉੱਥੇ ਵੀ ਕਦੇ ਵੀ ਸ਼ੇਰ ਮੁਹੰਮਦ ਖਾਨ ਜਿਨ੍ਹਾਂ ਨੇ ਸਿੱਖਾਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ ਉਹਨਾਂ ਲਈ ਕਦੇ ਕਿਸੇ ਨੇ ਨਹੀਂ ਕੁਛ ਕੀਤਾ, ਹੁਣ ਸਾਡੀ ਪਾਰਟੀ ਉਹਨਾਂ ਦੇ ਲਈ ਇੱਕ ਬਹੁਤ ਸੋਹਣੀ ਇਮਾਰਤ ਬਣਾ ਰਹੀ ਹੈ ਕਿ ਸ਼ੇਰ ਮੁਹੰਮਦ ਖਾਨ ਦਾ ਵੀ ਉੱਥੇ ਨਾਂ ਹੋਵੇ ਕਿ ਇਸ ਨੇ ਮੌਕੇ ਸਿਰ ਹਾਂ ਦਾ ਨਾਰਾ ਮਾਰਿਆ ਸੀ। ਸੁਰਜੀਤ ਸਿੰਘ ਮਾਨ ਨੂੰ ਇਕੱਲਾ ਸਿੱਖ ਆਗੂ ਮੰਨਿਆ ਜਾਵੇ ਜਾਂ ਫਿਰ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨਗੇ ਸਿਮਰਜੀਤ ਸਿੰਘ ਮਾਨ? ਦੇਖੋ ਮੈਂ ਤਾਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦਾ, ਕਿਸੇ ਧਰਮ ਦਾ ਤੁਹਾਨੂੰ ਲੱਗਦਾ ਕੋਈ ਪਾੜਾ ਨਹੀਂ ਪੈਣਾ ਚਾਹੀਦਾ? ਨਾ ਬਿਲਕੁਲ ਨਹੀਂ, ਬਿਲਕੁਲ ਸਾਥ ਲੈ ਕੇ ਚੱਲੀਏ, ਜਿਵੇਂ ਮੋਦੀ ਕਰਦਾ, ਜਿਵੇਂ ਹੁਣ ਪਹਿਲਾਂ ਕਾਂਗਰਸ ਨੇ ਕੀਤਾ, ਇਸ ਤਰ੍ਹਾਂ ਦਾ ਮਾਹੌਲ ਅਸੀਂ ਨਹੀਂ ਕਰਾਂਗੇ ਕਦੇ ਵੀ, ਜਿਵੇਂ ਉਹਨਾਂ ਨੇ ਘੱਟ ਗਿਣਤੀਆਂ ਦੀ ਕਤਲੇਆਮ ਕੀਤੀ ਹੈ, ਅਤੇ ਜਿਵੇਂ ਮੋਦੀ ਸਾਹਿਬ ਨੇ ਗੁਜਰਾਤ ਦੇ ਵਿੱਚ ਜਦੋਂ ਚੀਫ ਮਿਨਿਸਟਰ ਸੀ ਉਸ ਤਰ੍ਹਾਂ ਕੀਤੀ, ਅਤੇ 2013 'ਚ ਜਦੋਂ ਮੋਦੀ ਸਾਹਿਬ ਗੁਜਰਾਤ ਦੇ ਚੀਫ ਮਿਨਿਸਟਰ ਸੀਗੇ ਉਦੋਂ 60,000 ਜਿਹੜੇ ਸਿੱਖ ਜ਼ਿਮੀਂਦਾਰ ਸੀ ਉਹਨਾਂ ਦੀਆਂ ਜ਼ਮੀਨਾਂ ਖੋਲੀਆਂ, ਉਹਨਾਂ ਨੂੰ ਘਰੋਂ ਬਾਹਰੋਂ ਕੱਢ ਦਿੱਤਾ, ਤਾਂ ਇਹੋ ਜਿਹਾ ਕੰਮ ਅਸੀਂ ਨਹੀਂ ਕਰਦੇ ਹੈਗੇ ਕਦੇ, ਕਦੇ ਨਹੀਂ ਕਰਦੇ, ਨਾ ਸਾਡੇ ਦਿਮਾਗ 'ਚ ਆਉਂਦਾ। ਅਤੇ ਇਹ ਤਾਂ ਜਿਹੜੇ ਵੱਡੇ ਵੱਡੇ ਬੰਦੇ ਹੈ ਉਹਨਾਂ ਨੂੰ ਵੀ ਤੁਸੀਂ ਸਮਝਾ ਸਕਦੇ ਹੋ ਕਿ ਇਹ ਚੰਗੀ ਪਾਰਟੀ ਹੈ, ਇਹਦੇ ਮਨ ਦੇ ਵਿੱਚ ਕੁਛ ਨਹੀਂ ਹੈ, ਅਤੇ ਇਹਦੇ ਖਿਲਾਫ਼ ਨਾ ਚੱਲਿਆ ਕਰੋ,
ਤਾਂ ਸਿਮਰਜੀਤ ਸਿੰਘ ਮਾਨ ਹੁਣੀ ਪੰਜਾਬ ਤੋਂ ਬਾਅਦ ਹੁਣ ਕਹਿੰਦੇ ਨੇ ਕਿ ਹਰਿਆਣਾ ਔਰ ਕਸ਼ਮੀਰ ਦੇ ਵਿੱਚ ਵੀ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਿਤਰਨਗੇ। ਔਰ ਸਭ ਤੋਂ ਉੱਤੇ ਕਹਿੰਦੇ ਨੇ ਕਿ ਮੈਂ ਇਕੱਲਾ ਸਿੱਖਾਂ ਦੀ ਨਹੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਔਰ ਅਗਰ ਅਸੀਂ ਪਾਵਰ ਦੇ ਵਿੱਚ ਆਉਣੇ ਹਾਂ ਤਾਂ ਦਾਅਵਾ ਕਰਦੇ ਨੇ ਕਿ ਕਿਸੇ ਧਰਮ ਨੂੰ ਕੋਈ ਖਤਰਾ ਨਹੀਂ। ਕੈਮਰਾਮੈਨ ਅਜੇ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।